ਤੇ ਆਖਰਕਾਰ ਭਾਰਤ ਸਰਕਾਰ ਨੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਦਾ ਲੰਡਨ ਵਾਲਾ ਘਰ ਖਰੀਦ ਹੀ ਲਿਆ ਇਸ ਘਰ ਦੇ ਵਿੱਚ ਡਾਕਟਰ ਭੀਮrao ਅੰਬੇਦਕਰ 1920 ਵਿੱਚ ਵਿਦਿਆਰਥੀ ਦੇ ਤੌਰ ਉੱਤੇ ਰਹੇ ਸਨ ਭਾਰਤ ਸਰਕਾਰ ਮਕਾਨ ਨੂੰ ਹੁਣ ਇੱਕ ਅੰਤਰਰਾਸ਼ਟਰੀ ਸਮਾਰਕ ਦੇ ਤੌਰ ਤੇ ਵਿਕਸਿਤ ਕਰੇਗੀ ਸਰਕਾਰ ਨੇ ਮਕਾਨ ਦਾ ਸੌਦਾ ਕਿੰਨੇ ਵਿੱਚ ਕੀਤਾ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਫੈਡਰੇਸ਼ਨ ਆਫ ਅੰਬੇਦਕਰ ਯੂਕੇ ਦੇ ਮੁਖੀ ਸੰਤੋਸ਼ ਦਾਸ ਨੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਲੰਡਨ ਦੇ ਟੈਂਕਿੰਗ ਹੈਨਰੀਜ਼ ਰੋਡ ਉੱਤੇ ਸਥਿਤ 250 ਵਰਗਫੁੱਟ ਦੇ ਮਕਾਨ ਦੇ ਸੌਦੇ ਦੇ ਬਾਰੇ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ 31 ਕਰੋੜ ਦੇ ਵਿੱਚ ਇਹ ਇਤਿਹਾਸਕ ਘਰ ਖਰੀਦਣ ਦਾ ਫੈਸਲਾ ਕੀਤਾ ਸੀ ਮਕਾਨ ਉੱਤੇ ਨੀਲੇ ਰੰਗ ਦੀ ਪਲੇਟ ਲੱਗੀ ਹੋਈ ਹੈ ਜਿਸ ਉੱਤੇ ਦਰਜ ਕੀਤਾ ਗਿਆ ਕਿ ਇੱਥੇ ਡਾਕਟਰ ਭੀਮrao ਅੰਬੇਦਕਰ ਸਾਲ 1921-22 ਦੇ ਵਿੱਚ ਰਹੇ ਸਨ ਡਾਕਟਰ ਭੀਮrao ਅੰਬੇਦਕਰ ਨੇ ਆਪਣੀ ਪੜ੍ਹਾਈ ਲੰਡਨ ਸਕੂਲ ਆਫ ਬਿਜ਼ਨਸ ਤੋਂ ਕੀਤੀ ਸੀ ਫੈਡਰੇਸ਼ਨ ਆਫ ਅੰਬੇਦਕਰ ਯੂਕੇ ਦੇ ਅਨੁਸਾਰ ਮਕਾਨ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲੇਗੀ